ਦੋਸਤੋ ਅੱਜ ਆਪਾਂ ਗੱਲ ਕਰਾਂਗੇ ਆਰਮੀ ਦੀਆਂ ਪੋਸਟਾਂ ਬਾਰੇ। ਦੋਸਤੋ ਬਾਰਡਰ ਰੋਡਸ ਵਿੰਗਸ ਵਿੱਚ ਆਈ ਜੋਬ ਵੈਕੈਂਸੀਆਂ ਜਿਸ ਦੀ ਆਪਾਂ ਅੱਜ ਗੱਲ ਕਰਾਂਗੇ, ਇਹ ਆਲ ਇੰਡੀਆ ਕੈਂਡੀਡੇਟ ਵਾਸਤੇ ਆ ਦੋਸਤੋ, ਅਤੇ ਇਸ ਦੀ ਟੋਟਲ ਨੰਬਰ ਆਫ ਵੈਕੈਂਸੀ 540 ਹੈ, ਅਤੇ ਜਨਰਲ ਕੈਂਡੀਡੇਟ ਵਾਸਤੇ 221 ਪੋਸਟਾਂ ਹਨ, ਐੱਸਸੀ ਵਾਸਤੇ 81 ਪੋਸਟਾਂ ਹਨ, ਐੱਸਸੀ ਐੱਸਟੀ ਵਾਸਤੇ 40 ਅਤੇ ਓਬੀਸੀ ਵਾਸਤੇ 145, ਈਡਬਲਿਊਐਸ ਵਾਸਤੇ 53 ਪੋਸਟਾਂ ਹਨ। ਦੋਸਤੋ ਇਹ ਆਫਲਾਈਨ ਫੋਰਮ ਹੈ ਜੋ ਤੁਹਾਨੂੰ ਇਸਦੀ ਇਹਨਾਂ ਦੀ ਸਾਈਟ ਉੱਪਰ ਡਾਊਨਲੋਡ ਕਰਕੇ ਆਪਣੀ ਜੋ ਵੀ ਡਿਟੇਲਸ ਹੈ ਉਹ ਫਿਲ ਕਰਕੇ, ਅਤੇ ਇਹਨਾਂ ਦੀ ਅਫੀਸ਼ੀਅਲ ਸਾਈਟ www.bro.gov.in ਹੈ, ਇਸ ਤੋਂ ਤੁਹਾਨੂੰ ਇਸਦਾ ਫੋਰਮ ਡਾਊਨਲੋਡ ਹੋ ਜਾਵੇਗਾ। ਇਸ ਤਰ੍ਹਾਂ ਦਾ ਫੋਰਮ ਹੋਵੇਗਾ ਦੋਸਤੋ, ਤੁਸੀਂ ਇਹ ਫਿਲ ਕਰਕੇ ਅਤੇ ਇਹਨਾਂ ਦੇ ਦਿੱਤੇ ਹੋਏ ਪਤੇ ਉੱਪਰ ਭੇਜਣਾ ਹੈ, ਅਤੇ ਬਾਕੀ ਆਪਾਂ ਡਿਟੇਲ ਚੈੱਕ ਕਰ ਲੈਂਦੇ ਹਾਂ ਕਿ ਕੀ ਕੀ ਇਸ ਵਿੱਚ ਮੰਗਿਆ ਗਿਆ ਹੈ ਦੋਸਤੋ। ਅਤੇ ਨੀਚੇ ਆਪਾਂ ਚੈੱਕ ਕਰੀਏ ਤਾਂ ਫੋਟੋ ਲੱਗੂ ਰਹੇ ਦੋਸਤੋ, ਅਤੇ ਇਸ ਤੋਂ ਬਾਅਦ ਨੇਮ, ਸਨ ਆਫ ਨੇਮ, ਨੋ ਪਿੰਡ ਵਿਲੇਜ ਜੋ ਵੀ ਤੁਹਾਡਾ ਹੈ, ਐਡਰੈਸ ਵਗੈਰਾ, ਅਤੇ ਪੂਰੇ ਐਪਲੀਕੇਸ਼ਨ ਭੇਜਣ ਦਾ ਟਾਈਮ, ਸਿਗਨੇਚਰ, ਅਤੇ ਆਪਣੇ ਲੈਫਟ ਅੰਗੂਠੇ ਦਾ ਨਿਸ਼ਾਨ ਇੱਥੇ ਲਗਾ ਦੇਣਾ ਹੈ, ਅਤੇ ਇਸ ਤੋਂ ਬਾਅਦ ਜਨਰਲ ਇੰਟਰੈਕਸ਼ਨ, ਇਸ ਤੋਂ ਬਾਅਦ ਸਿਰਫ ਇਹ ਮੇਲ ਕੈਂਡੀਡੇਟ ਵਾਸਤੇ ਹਨ ਦੋਸਤੋ, ਫੀਮੇਲ ਕੈਂਡੀਡੇਟ ਇਸ ਨੂੰ ਅਪਲਾਈ ਨਹੀਂ ਕਰ ਸਕਦੀ ਕਿਉਂਕਿ ਇਹ ਬਾਰਡਰ ਦੀਆਂ ਪੋਸਟਾਂ ਹਨ ਅਤੇ ਉੱਥੇ ਜ਼ਿਆਦਾਤਰ ਮੇਲ ਕੈਂਡੀਡੇਟ ਦੀ ਜ਼ਰੂਰਤ ਹੁੰਦੀ ਹੈ। ਅਤੇ ਨੀਚੇ ਬਾਕੀ ਦੋਸਤੋ ਇਹ ਤੁਹਾਨੂੰ ਮੈਂ PDF ਆਪਣੇ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਵਿੱਚ ਇਹ ਲਿੰਕ ਦੇ ਦਿਆਂਗਾ, ਉੱਥੋਂ ਤੁਸੀਂ ਫੋਰਮ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਇਸ ਦੀ ਪੂਰੀ ਡਿਟੇਲ ਪੜ੍ਹ ਵੀ ਸਕਦੇ ਹੋ। ਦੋਸਤੋ ਇਹ ਸਿਰਫ 10ਵੀਂ ਅਤੇ 12ਵੀਂ ITI ਵਾਲਿਆਂ ਵਾਸਤੇ ਹੈ, ਅਤੇ ਤਾਂ ਕਰਕੇ ਇਸ ਦੀ ਏਜ ਲਿਮਿਟ ਦੱਸੀ ਗਈ ਹੈ ਦੋਸਤੋ, ਨੋਰਮਲ ਏਜ ਲਿਮਿਟ 40 ਸਾਲ ਤੋਂ ਉੱਪਰ ਹੀ ਹੋਣਾ ਚਾਹੀਦਾ ਕੈਂਡੀਡੇਟ, ਅਤੇ SC ST ਨੂੰ 5 ਸਾਲਾਂ ਦੀ ਛੋਟ ਹੈ। ਇਸ ਤੋਂ ਬਾਅਦ ਵੇਟ, ਹਾਈਟ ਅਤੇ ਵੇਟ ਦੀ ਗੱਲ ਕਰੀ ਗਈ ਹੈ ਦੋਸਤੋ। ਇਸ ਦੀ ਫੀਸ ਦੀ ਗੱਲ ਕਰ ਲਈ ਤਾਂ ਇਸ ਦੀ ਫੀਸ ਜਨਰਲ ਕੈਂਡੀਡੇਟ ਵਾਸਤੇ 50 ਰੁਪਏ ਹੈ, ਅਤੇ OBC ਵਾਸਤੇ 50 ਹੈ, ਬਾਕੀ SC ST ਅਤੇ ਫਿਜੀਕਲ ਹੈਂਡੀਕੈਪਡ ਪਰਸਨ ਵਾਸਤੇ ਕੋਈ ਫੀਸ ਨਹੀਂ ਹੈ ਦੋਸਤੋ। ਹਾਊ ਟੂ ਅਪਲਾਈ, ਅਪਲਾਈ ਦੀ ਗੱਲ ਕਰੀਏ ਦੋਸਤੋ, ਜਦੋਂ ਆਪਾਂ ਪਹਿਲਾ ਕੈਂਡੀਡੇਟ ਤੁਸੀਂ ਇਹ ਫੋਰਮ ਪੂਰਾ ਫਿਲ ਕਰਕੇ ਜੋ ਵੀ ਡਿਟੇਲ ਇਸ ਫੋਰਮ ਵਿੱਚ ਦਿੱਤੀ ਗਈ ਹੈ ਉਸ ਨੂੰ ਇਹਨਾਂ ਦੇ ਉੱਪਰ ਦਿੱਤੇ ਹੋਏ ਐਡਰੈਸ ਉੱਤੇ ਕੋਰੀਅਰ ਜਾਂ ਸਪੀਡ ਪੋਸਟ ਰਾਹੀਂ ਸੈਂਡ ਕਰ ਦੇਣਾ ਹੈ ਦੋਸਤੋ। ਬਾਕੀ ਹੋਰ ਜਾਣਕਾਰੀ ਲਈ ਇਹ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਹਰ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਦਿੰਦਾ ਰਹਾਂ। ਅਤੇ ਦੋਸਤੋ ਇਹਨਾਂ ਦਾ ਇਹ ਜੋ ਫੋਰਮ ਹੋਵੇਗਾ ਡਾਊਨਲੋਡ, ਜਾਂ ਤਾਂ ਜੇ ਤੁਹਾਡੇ ਤੋਂ ਹੁੰਦਾ ਤਾਂ ਤੁਸੀਂ ਕਰ ਲਓ, ਨਹੀਂ ਤਾਂ ਤੁਸੀਂ ਕਮੈਂਟ ਵਿੱਚ ਲਿਖੋ, ਆਪਣਾ ਵਟਸਐਪ ਨੰਬਰ ਲਿਖ ਦਿਓ, ਮੈਂ ਤੁਹਾਨੂੰ ਵਟਸਐਪ ਨੰਬਰ 'ਤੇ ਇਹ ਫੋਰਮ ਡਾਊਨਲੋਡ ਕਰਕੇ ਸੈਂਡ ਕਰ ਦੇਵਾਂਗਾ। ਓਕੇ ਦੋਸਤੋ, ਥੈਂਕ ਯੂ ਐਂਡ ਸਬਸਕ੍ਰਾਈਬ ਆਵਰ ਚੈਨਲ।